ਹੁੰਦਾ ਜੀ ਐਡੇ ਪਰੇਸ਼ਾਨ ਕਿਉਂ ਹੋ ਕੀ ਹੋਇਆ ਜੇ ਕਾਨੂੰਨ ਦੀ ਕਿਤਾਬ ਸੀਨੇ ਨਾਲ ਲਾ ਕੇ ਬੈਠ ਗਏ ਇੰਨਾ ਔਖੇ ਹੋ ਕੇ ਐਲ ਐਲ ਬੀ ਦੇ ਪੇਪਰ ਦਿੱਤੇ ਸਰ ਇੰਨਾ ਪੈਸਾ ਲਾਇਆ ਮਾਂ ਪਿਓ ਨੇ ਸਾਡੇ ਉੱਤੇ ਮੈਂ ਪੜ੍ਹ ਲਿਖ ਕੇ ਆਖਿਆ ਚਲੋ ਮੈਂ ਇੱਕ ਲਾਇਰ ਬਣਾਂਗਾ ਵਕੀਲ ਬਣਾਂਗਾ ਪਰ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਭੈਣ ਜੋ ਕਿ ਨਵਾਂ ਟੈਸਟ ਆ ਗਿਆ ਗੈਟਸ ਦਾ ਉਹ ਪਤਾ ਨਹੀਂ ਕੀ ਹੈ ਯਾਰ ਰੱਫੜ ਪਾ ਰਿਹਾ ਨੇ ਮੈਂ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਇਹ ਸਵਾਲ ਕੁਝ ਸਾਨੂੰ ਹੋਰ ਦੱਸਦੇ ਹਨ ਅਤੇ ਆਉਂਦੇ ਹੋਰ ਸਨ ਫਿਰ ਵੀ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੈਂ ਕਾਮਯਾਬ ਹੋ ਗਿਆ ਅੱਲਾਹ ਨੇ ਮੇਰੀ ਇੱਜ਼ਤ ਰੱਖ ਲਈ ਮੈਂ ਪਾਸ ਹੋ ਗਿਆ ਪਰ ਐਚ ਬੀ ਆਈ ਐਚ ਬੀ ਸੀ ਆਈ ਐਚ ਈ ਸੀ ਐਚ ਈ ਸੀ ਆਈ ਵਾਲੇ ਨੇ ਜਨਾਬ ਇੱਕ ਨਵਾਂ ਕਾਨੂੰਨ ਖੋਲ੍ਹ ਲਿਆ ਉਹ ਯੰਗ ਜਿਹੜੇ ਮੇਰੇ ਵਕੀਲ ਭਰਾ ਜਿਹੜੇ ਵਕੀਲ ਬੰਦੇ ਪਏ ਨੇ ਇੰਨੀ ਮਿਹਨਤ ਕਰਕੇ ਤੁਸੀਂ ਬੰਦੇ ਦੇ ਪੁੱਤਰ ਪਏ ਨੂੰ ਐਚ ਸੀ ਆਈ ਵਾਲੇ ਬੰਦੇ ਦੇ ਪੁੱਤਰ ਬਣੋ ਕੱਲ੍ਹ ਨੂੰ ਇਹਨਾਂ ਨੇ ਜੱਜ ਬਣ ਜਾਣਾ ਅਤੇ ਤੁਸੀਂ ਫਿਰ ਤਰਲੇ ਅਤੇ ਮਾਫੀਆਂ 'ਤੇ ਆ ਜਾਣਾ ਵਕੀਲਾਂ ਨਾਲ ਪੰਗਾ ਨਾਲ ਉਹ ਫਿਰ ਤੁਸੀਂ ਉਦੋਂ ਵਕੀਲ ਬਦਮਾਸ਼ ਨੇ ਵਕੀਲ ਸਾਡੇ ਵਰਗੇ ਇਨਸਾਨ ਹੁੰਦੇ ਨੇ ਲੇਕਿਨ ਕੀ ਹੁੰਦਾ ਪੜ੍ਹੇ ਲਿਖੇ ਉਹਨਾਂ ਨੂੰ ਅਕਲ ਹੁੰਦਾ ਸ਼ੌਰ ਹੁੰਦਾ ਗੱਲ ਕਰਨ ਦਾ ਪਤਾ ਹੁੰਦਾ ਜੱਜ ਨਾ ਕਰਨ ਦਾ ਦੁਨੀਆ ਨਾਲ ਡੀਲ ਕਰਨ ਦਾ ਪਤਾ ਹੁੰਦਾ ਜੇ ਵਕੀਲ ਨਾ ਹੁੰਦੇ ਨਾ ਸਾਡੇ ਮੁੜੋਂ ਨੂੰ ਲੋਕ ਕੌਣ ਜੀ ਅੰਗਰੇਜ਼ ਆ ਕੇ ਲੁੱਟ ਕੇ ਲੈ ਰਹੇ ਤੇ ਕੀ ਬੋਲ ਕੇ ਕੀ ਗੱਲ ਕਰ ਤੁਹਾਡੀ ਮਿਹਰਬਾਨੀ ਐਚ ਸੀ ਆਈ ਵਾਲੇ ਬੰਦੇ ਦੇ ਪੁੱਤਰ ਬਣੋ ਵਕੀਲਾਂ ਨੂੰ ਤੰਗ ਨਾ ਕਰੋ ਜਿਹੜੇ ਮੇਰੇ ਯਾਰ ਦੋਸਤ ਵਕੀਲ ਕਾਮਯਾਬ ਹੋ ਗਏ ਉਹਨਾਂ ਨੂੰ ਉੱਥੇ ਛੱਡ ਛੱਡੋ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਨਵੀਂ ਗੱਲ ਸੁਣਾ ਲਓ ਜਿਹੜੇ ਨਵੇਂ ਮੁੰਡੇ ਆ ਰਹੇ ਨੇ ਪੁਰਾਣਿਆਂ ਨੂੰ ਨਾ ਛੇੜੋ ਉਹਨਾਂ ਦੀ ਮਿਹਨਤ ਖਰਾਬ ਨਾ ਕਰੋ ਜਿਹੜੇ ਨਵੇਂ ਨੇ ਉਹਨਾਂ ਦੀ ਗੱਲ ਕਰੋ ਪੁਰਾਣਿਆਂ ਨੂੰ ਤੁਸੀਂ ਮੱਤ ਛੇੜੋ ਅਤੇ ਲਿਆਦਾ ਇੱਕੋ ਹੀ ਗੱਲ ਕਰਾਂਗਾ ਮੈਂ ਗੌਰਮੈਂਟ ਆਫ ਪਾਕਿਸਤਾਨ ਦੇ ਜਿਹੜੇ ਵਕੀਲ ਬਰਾਦਰੀ ਵਕੀਲ ਵਕਲਾ ਮੁੰਡੇ ਜਿਹੜੇ ਪੜ੍ਹਦੇ ਲਿਖਦੇ ਨੇ ਉਹਨਾਂ ਦਾ ਕੋਈ ਇਰਾਦੇ ਮੈਂ ਸੋਚੋ ਜਿਹੜੇ ਪੇਪਰ ਸ਼ੇਪਰ ਦੇ ਬੈਠੇ ਨੇ ਉਹਨਾਂ ਨੂੰ ਤਾਂ ਛੱਡੋ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਕੋਈ ਨਵੀਂ ਟੀਟੋ ਪਾਰਟੀਆਂ ਲਾ ਲਓ ਨਵੀਂ ਕਹਾਣੀ ਸੁਣਾਓ ਜਿਹੜੇ ਬੰਦੇ ਪੁਰਾਣੇ ਨੇ ਉਹਨਾਂ ਨੂੰ ਛੱਡ ਦਿਓ ਤੁਸੀਂ ਪਲੀਜ਼ ਬੁਕਲਾ ਬਰਾਦਰੀ ਤੁਹਾਨੂੰ ਪਤਾ ਫਿਰ ਇਕੱਠੀ ਹੋ ਜਾਏ ਤਾਂ ਫਿਰ ਵੱਖਰਾ ਹੀ ਤੂਫਾਨ ਆ ਜਾਂਦਾ ਫਿਰ ਤੁਸੀਂ ਆਖਦੇ ਬਦਮਾਸ਼ ਨੇ ਬਦਮਾਸ਼ ਨਹੀਂ ਤੁਸੀਂ ਆ ਗਏ ਯਕੀਆਂ ਲਾਉਂਦੇ ਹੋ ਅਤੇ ਬਾਅਦ 'ਚ ਫਿਰ ਉਹ ਕਹਿੰਦੇ ਨਹੀਂ ਸਾਡਾ ਇਹ ਮਸਲਾ ਹੋ ਗਿਆ ਅਤੇ ਇਹ ਮਸਲਾ ਹੋ ਗਿਆ ਲਿਆਦਾ ਬੜੀ ਮਿਹਨਤ ਕਰੀ ਦੀ ਬੜਾ ਪੈਸਾ ਲਾ ਕੇ ਐਲ ਐਲ ਬੀ ਦੇ ਪੇਪਰ ਦਿੱਤੇ ਸਨ ਲੇਕਿਨ ਤੁਸੀਂ ਲੋਕ ਸਾਨੂੰ ਚਾਹੁੰਦੇ ਹੋ ਅਸੀਂ ਗੁੰਡਾਗਰਦੀ 'ਤੇ ਆਈਏ ਅਸੀਂ ਗੁੰਡਾਗਰਦੀ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਸਾਡਾ ਮੁਲਕ ਹੈ ਸਾਡੇ ਵਜ਼ੀਰ ਹੁਕਮਰਾਨ ਨੇ ਅਸੀਂ ਉਹਨਾਂ ਦਾ ਇਤਰਾਮ ਕਰਨੇ ਹਾਂ ਪਰ ਸਾਡੀ ਵੀ ਮਜਬੂਰੀ ਹੈ ਨਾ ਅਸੀਂ ਵੀ ਗਰਮੀ 'ਚ ਕਦੇ ਪੈਰ ਵਿੱਚ ਪੜ੍ਹਨ ਲਿਖਣ ਜਾਣੇ ਸਾਂ ਸਾਡੇ ਵੀ ਕੁਹਾ ਜਾ ਕੇ ਮਸਲ ਮਸਾਇਲ ਸਨ ਲੇਕਿਨ ਸਾਨੂੰ ਕਾਮਯਾਬੀ ਦੀ ਰਾਹ ਚੱਲਣ ਦਿਓ ਲਤਾਣਾ ਖਿੱਚੋ ਸਾਡੀ ਇਹ ਗੈਸ ਦਾ ਪੇਪਰ ਪਤਾ ਨਹੀਂ ਕਿੱਥੋਂ ਕੱਢ ਕੇ ਯਕਦਮ ਲੈਣ ਦੇਣ ਬੇਬੇ ਕੋਲ ਨਵਾਂ ਹੀ ਕੱਢ ਲੈਣੇ ਉਹ ਮੇਰੇ ਗੈਸ ਦਾ ਪੇਪਰ ਜਿਹੜੇ ਮੇਰੇ ਉਕਲਾ ਬਰਾਦਰੀ ਨਵੇਂ ਮੁੰਡੇ ਆਉਣਗੇ ਨਾ ਪਲੀਜ਼ ਉਹ ਤੁਸੀਂ ਪੇਪਰ ਦਿਓ ਨਵੇਂ ਮੁੰਡੇ ਜਿਹੜੇ ਆ ਗਏ ਉਹਨਾਂ ਨੂੰ ਨਹੀਂ ਪਤਾ ਉਹ ਤੁਸੀਂ ਪੇਪਰ ਦਿਓ ਜਿਹੜੇ ਮੇਰੇ ਵਰਗੇ ਪੁਰਾਣੇ ਵਕੀਲ ਪੁਰਾਣੇ ਫੌਜੀ ਹੋ ਗਏ ਨੇ ਉਹਨਾਂ ਨੂੰ ਪੰਗਾ ਨਾ ਲਓ ਨਹੀਂ ਤਾਂ ਭੰਗੜਾ ਮੋ ਮਰੋਗੇ ਫਿਰ ਤੁਸੀਂ